ਭਾਵਨੀ ਧਾਰ ਕੇ ਚਾਹੇ ਉਮਾਹਤ, ਜਿਹੜਾ ਭਾਵਨਾ ਧਾਰ ਕੇ ਬੜੇ ਉਮਾਹ ਦੇ ਨਾਲ, ਖੁਸ਼ੀ ਨਾਲ, ਪ੍ਰਸੰਨਤਾ ਦੇ ਨਾਲ, ਚਾਹ ਨਾਲ, ਦੋਸ ਪ੍ਰਤੀ ਦਰਸਾਵੇ ਗੋ, ਦਿਨ ਪ੍ਰਤੀ ਦਿਨ, ਅੱਠਾਂ ਪਹਿਰਾਂ ਬਾਅਦ ਜਾਂ ਰੋਜ਼ਾਨਾ ਵੱਧ ਤੋਂ ਵੱਧ ਸਮਾਂ, ਜਿਹੜਾ ਵੀ ਪ੍ਰਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇਗਾ, ਪਾਠ ਕਰੇ ਕੇ ਸੁਣੇ ਮਨ ਇੱਕ ਹੋਵੇ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਇੱਕ ਮਨ ਕਰੇਗਾ, ਇੱਕ ਮਨ ਹੋ ਕੇ ਸੁਣੇਗਾ ਕੰਨਾਂ ਦੇ ਨਾਲ, ਉਪਦੇਸ਼ ਵਸਾਵੇ ਗੋ, ਔਰ ਹਿਰਦੇ ਵਿੱਚ ਇੱਕ ਗੁਰਬਾਣੀ ਦੇ ਉਪਦੇਸ਼ ਨੂੰ ਵਸਾਵੇਗਾ, ਦੇਖਤ ਹੀ ਕਰ ਜੋਰ ਦਉ ਮਨ, ਜਿਹੜਾ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਦੂਰੋਂ ਦਰਸ਼ਨ ਹੁੰਦਿਆਂ ਸਾਰ ਵੇਖਦਿਆਂ ਸਾਰ ਦੋਨੋਂ ਹੀ ਹੱਥ ਜੋੜ ਕੇ ਮਨ ਕਰਕੇ ਨਿਭ ਜਾਵੇਗਾ, ਝੁਕ ਜਾਵੇਗਾ, ਜਦੋਂ ਵੀ ਮਹਾਰਾਜ ਦਾ ਸਰੂਪ ਭਾਈ ਆਵੇ, ਦੂਰੋਂ ਹੀ ਦਰਸ਼ਨ ਹੋਣ, ਜੋੜਾ ਲਾ ਕੇ, ਗਲ ਵਿੱਚ ਪੱਲਾ ਪਾ ਕੇ, ਹੱਥ ਜੋੜ ਕੇ, ਸਿਰ ਝੁਕਾ ਕੇ, ਬਾ ਅਦਬ ਖੜ੍ਹੇ ਹੋਣਾ, ਜਿੰਨਾ ਚਿਰ ਮਹਾਰਾਜ ਦੇ ਸਰੂਪ ਚੱਲ ਰਹੇ ਉਨਾ ਚਿਰ ਹੱਥ ਜੋੜ ਕੇ ਖੜ੍ਹੇ ਰਹਿਣਾ, ਜਿੰਨਾ ਚਿਰ ਦਰਸ਼ਨ ਹੁੰਦੇ ਰਹਿਣ ਉਨਾ ਚਿਰ ਦਰਸ਼ਨ ਕਰਨ ਵਾਸਤੇ ਖੜ੍ਹੇ ਰਹਿਣਾ, ਇੰਨਾ ਅਦਬ ਰੱਖਣਾ ਮਹਾਰਾਜ ਜੀ ਦੇ ਸਰੂਪ ਦਾ। ਇਸ ਕਰਕੇ ਹਜ਼ੂਰ ਬਚਨ ਕਰ ਰਹੇ ਹਨ, ਜਿਹੜਾ ਮਨ ਕਰਕੇ ਨਿਮਰੀ ਨਿਵੇਗਾ, ਦੋਨੋਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਮਨ ਵੀ ਨਵਾ ਦੇਵੇਗਾ, ਨਮਰ ਹੋਵੇ ਸੀਸ ਨਵਾਵੇ ਗੋ, ਔਰ ਸਾਧ ਸੰਗਤ ਜੀ ਦੋਨੋਂ ਹੱਥ ਜੋੜ ਕੇ ਮਨ ਵਿੱਚ ਨਿਮਰਤਾ ਧਾਰਨੀ, ਮਨ ਕਰਕੇ ਵੀ। ਕਈ ਵਾਰੀ ਐਸਾ ਸਮਾਂ ਹੁੰਦਾ ਹੈ ਕਿ ਮਨ ਕਰਕੇ ਨਮਸਕਾਰ ਕਰਨੀ, ਇਹਨੂੰ ਸਾਧ ਸੰਗਤ ਜੀ ਸ਼ਾਸਤਰਕਾਰਾਂ ਨੇ ਮਾਨਸੀ ਪੂਜਾ ਦਾ ਨਾਮ ਦਿੱਤਾ ਹੈ ਕਿ ਮਨ ਕਰਕੇ ਆਪਣੇ ਗੁਰੂ ਦੀ ਪੂਜਾ ਕਰਨਾ, ਮਨ ਕਰਕੇ ਜੁੜੇ ਰਹਿਣਾ, ਮਨ ਕਰਕੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ, ਮਨੋ ਵੀ ਨਿਭਣਾ ਔਰ ਤਨ ਕਰਕੇ ਸਰੀਰ ਕਰਕੇ ਵੀ ਨਿਭਣਾ, ਝੁਕਣਾ, ਮੱਥਾ ਧਰਤੀ 'ਤੇ, ਸਿਰ ਧਰਤੀ 'ਤੇ ਲਾ ਕੇ ਮੱਥਾ ਟੇਕਣਾ, ਉਹ ਮਨ ਕਰਕੇ ਵੀ ਜਿਹੜਾ ਨਿਵੇਗਾ ਔਰ ਸਿਰ ਵੀ ਨਵਾਵੇਗਾ, ਨਮਸਕਾਰ ਕਰੇਗਾ, ਮੱਥਾ ਟੇਕੇਗਾ, ਔਰਨ ਕੋ ਉਪਦੇਸ਼ ਕਰਾ ਲਿਖ, ਔਰ ਦੂਜਿਆਂ ਨੂੰ ਗੁਰਬਾਣੀ ਦਾ ਉਪਦੇਸ਼, ਗੁਰਬਾਣੀ ਦੀ ਕਥਾ ਕਰਕੇ ਸੁਣਾਵੇਗਾ, ਆਪ ਇਸੇ ਕੋ ਲਿਖਾਵੇ ਗੋ, ਆਪ ਵੀ ਲਿਖੇ ਤੇ ਦੂਜਿਆਂ ਕੋਲੋਂ ਵੀ ਪ੍ਰੇਰਨਾ ਦੇ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਖਾਉਣ ਦੀ ਪ੍ਰੇਰਨਾ ਦੇ ਕੇ ਸੇਵਾ ਕਰਾਵੇ, ਕਹਿ ਕੇ ਪ੍ਰੇਮ ਕਰੇ ਘਰ ਮੈਂ ਸਥਾਪੈ, ਪ੍ਰੇਮ ਕਰਕੇ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਥਾਪਨ ਕਰੇ, ਪਾਠ ਸੁਣੇ ਹਰ ਖਾਵੇ ਗੋ, ਰੋਜ਼ ਪਾਠ ਸੁਣਨਾ, ਗੁਰਬਾਣੀ ਸੁਣਨੀ, ਸੇਵਾ ਕਰਨੀ, ਅਤੇ ਜਿਹੜਾ ਭਾਵਨਾ ਨਾਲ ਸੁਣੇਗਾ ਉਹਨੂੰ ਮਨ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਮਨ ਵੀ ਪ੍ਰਸੰਨ, ਤਨ ਵੀ ਪ੍ਰਸੰਨ। ਭਾਈ ਪਹਿਲੀ ਗੱਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਘਰਾਂ ਵਿੱਚ ਰੱਖਣ ਤੋਂ ਸੰਕੋਚ ਕਰਨਾ ਚਾਹੀਦਾ, ਪਰ ਜੇ ਰੱਖਣਾ ਫਿਰ ਓਨਾ ਹੀ ਅਦਬ ਕਰੋ ਜਿੰਨਾ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਹੈ, ਸਤਿਕਾਰ ਹੈ। ਜੇ ਸੇਵਾ ਸਤਿਕਾਰ ਨਹੀਂ ਕਰ ਸਕਦੇ ਫਿਰ ਗੁਰਦੁਆਰਾ ਸਾਹਿਬ ਜਾ ਕੇ ਮਹਾਰਾਜ ਦੇ ਦਰਸ਼ਨ ਕਰੋ, ਉੱਥੇ ਸੇਵਾ ਕਰੋ। ਜੇ ਘਰ ਵਿੱਚ ਰੱਖਣ ਦੀ ਭਾਵਨਾ ਫਿਰ ਓਨਾ ਹੀ ਅਦਬ ਸਤਿਕਾਰ ਕਰੋ, ਇਹ ਨਹੀਂ ਕਿ ਘਰ ਵਿੱਚ ਮਹਾਰਾਜ ਦੇ ਸਰੂਪ ਦਾ ਅਦਬ ਹੀ ਨਹੀਂ, ਸਤਿਕਾਰ ਨਹੀਂ, ਅਤੇ ਉਹ ਤਾਂ ਕਿਰਪਾ ਦੀ ਥਾਂ 'ਤੇ ਫਿਰ ਪਾਪ ਲੱਗੇਗਾ, ਕਸ਼ਟ ਭੋਗਣੇ ਪੈਣਗੇ। ਇਸ ਕਰਕੇ ਮਹਾਰਾਜ ਸਾਹਿਬ ਜੀ ਦਾ ਅਦਬ ਸਤਿਕਾਰ ਹਮੇਸ਼ਾ ਜੋ ਮਰਜ਼ਾਦਾ ਹੈ, ਪ੍ਰਕਾਸ਼ ਦੀ, ਸੁਖਾਸਨ ਦੀ,
ਸੁਭਾਇਮਾਨ ਕਰਨ ਦੀ ਉਹ ਸਾਰੀ ਪੂਰੀ ਨਿਭਾਉਣੀ ਆ। ਪਾਠ ਸੁਣੇ ਹਰ ਖਾਵੇ ਗੋ, ਔਰ ਜਿਹੜਾ ਘਰ ਵਿੱਚ ਮਹਾਰਾਜ ਦਾ ਸਰੂਪ ਰੱਖ ਕੇ ਪਾਠ ਕਰੇਗਾ ਜਾਂ ਸੁਣੇਗਾ ਉਹਨੂੰ ਲੋਕ ਪ੍ਰਲੋਕ ਦੀਆਂ ਹਰਖ ਖੁਸ਼ੀਆਂ ਪ੍ਰਾਪਤ ਹੋਣਗੀਆਂ, ਇਹ ਮਹਾਰਾਜ ਜੀ ਵਰਦਾਨ ਬਖਸ਼ ਰਹੇ ਹਨ। ਸੋ ਜਗ ਬੰਧਨ ਛੇਦਨ ਕੈ ਨਰ, ਇਹ ਗੁਰਬਾਣੀ ਉਹਨਾਂ ਦੇ ਉਹਦੇ ਜਗ ਦੇ ਬੰਧਨ ਕੱਟ ਦੇਵੇਗੀ, ਸਾਰੇ ਦੁੱਖਾਂ ਦੇ ਬੰਧਨ ਵੀ, ਜੰਮਣ ਮਰਨ ਦੇ ਵੀ। ਅੰਤ ਗਤੀ ਸ਼ੁਭ ਪਾਵਹਿ ਗੋ, ਅੰਤ ਨੂੰ ਸ਼ੁਭ ਗਤੀ ਕਲਿਆਣ ਮੁਕਤੀ ਪ੍ਰਾਪਤ ਹੋਵੇਗੀ ਉਸ ਨੂੰ। ਕਾਰਜ ਹੋਏ ਸੰਪੂਰਨ ਬਾਸ਼ਤ, ਜਿਹੜਾ ਮਨ ਦੀ ਇੱਛਾ ਲੈ ਕੇ ਮੇਰਾ ਆ ਕਾਰਜ ਅੜਿਆ ਪੂਰਾ ਹੋ ਜਾਏ, ਪਾਠ ਕਰੇ ਕੈ ਕਰਾਵਹਿ ਗੋ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰੇ ਜਾਂ ਕਰਾਵੇ, ਜਿਹੜਾ ਵੀ ਗੁਰਬਾਣੀ ਦਾ ਪਾਠ ਕਰੇਗਾ ਜਾਂ ਕਰਾਵੇਗਾ, ਭੋਗ ਪਰੇ ਕਰਵਾਏ ਤਿਹਾਵਲ, ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸੰਪੂਰਨਤਾ ਦਾ ਭੋਗ ਪਵੇ ਉਦੋਂ ਕੜਾਹ ਪ੍ਰਸ਼ਾਦੀ ਦੇਵ ਤਿਆਰ ਕਰਾਵੇ, ਆਪ ਖੜੋ ਹੋਏ ਜਾਵੇ ਗੋ, ਔਰ ਆਪ ਖੜਾ ਹੋ ਜਾਏ ਅਰਦਾਸ, ਅਰਦਾਸ ਦੇ ਵਿੱਚ ਅਰਦਾਸ ਕਰਨ ਲਈ, ਹੱਥ ਕੋ ਜੋਰ ਕਰੇ ਅਰਦਾਸ, ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰੇ, ਮਨੋਰਥ ਕੋ ਮਨ ਲਿਆਵੇ ਗੋ, ਉਹ ਮਨੋਰਥ ਜੋ ਜਿਸ ਇੱਛਾ ਲਈ ਪਾਠ ਕਰਾਇਆ ਨਾ ਉਹ ਮਨ ਦੀ ਇੱਛਾ ਮਨ ਦੇ ਵਿੱਚ ਲਿਆ ਕੇ ਫਿਰ ਬੇਨਤੀ ਕਰੇ ਧਿਆਨ ਧਾਰ ਕੇ ਸਤਿਗੁਰਾਂ ਦਾ, ਕਿਉਂ ਨਾ ਕਹੋ ਤੇ ਪੂਰਨ ਹੋਇ, ਆਖੋ ਭਾਈ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਕਿਉਂ ਨਹੀਂ ਬਈ ਉਹਦਾ ਮਨ ਦਾ ਮਨੋਰਥ ਪੂਰਾ ਹੋਵੇਗਾ, ਜ਼ਰੂਰ ਪੂਰਾ ਹੋਵੇਗਾ, ਜ਼ਰੂਰ ਇੱਛਾ ਪੂਰੀਆਂ ਹੋਣਗੀਆਂ ਉਸ ਦੀਆਂ। ਚਿੱਤ ਚਾਹਤ ਸੋ ਨਰ ਪਾਵਹਿ ਗੋ, ਜੋ ਚਾਹੇਗਾ ਚਿੱਤ ਵਿੱਚ ਉਹੀ ਉਹ ਪੁਰਸ਼ ਪ੍ਰਾਪਤ ਕਰ ਲਵੇਗਾ, ਸਤਿਗੁਰੂ ਜੀ ਦੀ ਬਾਣੀ ਦਾ ਇੰਨਾ ਫਲ ਹੈ।